ਫਿਰੋਜ਼ਪੁਰ ਦੇ ਪਿੰਡ ਸਾਬੋਣਾ ਵਿਖੇ ਇੱਕ 15 ਸਾਲ ਦੇ ਨਾਬਾਲਗ ਲੜਕੇ ਨੂੰ ਧੱਕੇ ਦੇ ਨਾਲ ਜ਼ਹਿਰ ਪਿਆ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ ਦੀ ਹੀ ਲੜਕੀ ਦੇ ਵੱਲੋਂ ਲੜਕੇ ਨੂੰ ਫੋਨ ਕਰਕੇ ਘਰ ਬੁਲਾਇਆ ਗਿਆ ਸੀ। ਮਰਨ ਤੋਂ ਪਹਿਲਾਂ ਲੜਕੇ ਨੇ ਕੈਮਰੇ ਸਾਹਮਣੇ ਲੜਕੀ ਦੇ ਪਿਤਾ ਦੇ ਵੱਲੋਂ ਜ਼ਹਿਰ ਖਵਾਉਣ ਸੰਬੰਧੀ ਬਿਆਨ ਵੀ ਦਿੱਤਾ। ਲੜਕਾ 4 ਪੈਣਾ ਦਾ ਇਕਲੌਤਾ ਭਰਾ ਸੀ। ਪਿੰਡ ਸਾਬੋਣਾ ਦੇ ਵਸਨੀਕ ਜੱਸਾ ਨੇ ਦੱਸਿਆ ਕਿ ਉਸਦੇ ਲੜਕੇ ਜੋਬਨ ਨੂੰ ਪਿੰਡ ਦੇ ਵਿੱਚ ਹੀ ਰਹਿੰਦੀ ਇੱਕ ਲੜਕੀ ਨੇ ਫੋਨ ਕਰਕੇ ਆਪਦੇ ਘਰ ਬੁਲਾਇਆ ਅਤੇ ਉੱਪਰੋਂ ਲੜਕੀ ਦਾ ਪਿਤਾ ਆ ਗਿਆ। ਉਸਨੇ ਦੱਸਿਆ ਕਿ ਲੜਕੀ ਦੇ ਪਿਤਾ ਅਤੇ ਮਾਂ ਵੱਲੋਂ ਜੋਬਨ ਦੇ ਮੂੰਹ ਦੇ ਵਿੱਚ ਧੱਕੇ ਨਾਲ ਜ਼ਹਿਰ ਪਾ ਦਿੱਤਾ ਗਿਆ, ਜਿਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਵੱਲੋਂ ਲੜਕੇ ਦੀ ਹਾਲਤ ਦੇਖ ਕੇ ਇਸ ਨੂੰ ਮੋਗਾ ਦੇ ਮੈਡੀਸਿਟੀ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲੜਕੇ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਲੜਕੇ ਦੇ ਪਰਿਵਾਰ ਦੇ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਸਦਰ ਫਿਰੋਜ਼ਪੁਰ ਦੇ ਬਾਹਰ ਲਾਸ਼ ਨੂੰ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਸਮਾਂ ਲਾਸ਼ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਬਲਵੀਰ ਨੇ ਤੇ ਪੰਮੋ ਨੇ ਤੇ ਦੂਜੀ ਕੋਵਲ ਨੇ। ਕੀ ਕਾਰਨ ਦਵਾਈ ਕਿਉਂ ਪੈ ਗਈ? ਮੈਂ ਤਾਂ ਬਾਹਰੋਂ ਆਈ ਸਾਂ, ਮੈਂ ਘਰੇ ਗਈ ਹਾਂ ਤੇ ਮੈਂ ਪੁੱਛਿਆ ਕਿਉਂ ਦਵਾਈ ਪਈ, ਕਹਿੰਦੀ ਮਾਰ ਕੇ ਕੱਲਣਾ ਹੀ ਜਿੰਦਾ ਕਰ ਦਿੱਤਾ। ਹੁਣ ਤੁਸੀਂ ਉਸਦੀ ਲਾਸ਼ ਲੈ ਕੇ ਕਿੱਥੇ ਬੈਠੇ ਹੋ? ਮੈਂ ਸਤਲ ਥਾਣੇ 'ਚ। ਕੀ ਮੰਗ ਕੀ ਕਰਦੇ ਹੋ? ਮੈਂ ਇਨਸਾਫ ਮੰਗਦੀ, ਮੇਰੇ ਕੋਲ ਤੀਆਂ ਦਾ ਦਾਣ, ਮੈਂ ਕਹਿੰਦੇ ਸਾਰੇ ਜੀਵਨ ਦੀ। ਇਕੱਲਾ ਇਕੱਲਾ ਪੁੱਤਰ ਸੀ ਤੁਹਾਡਾ? ਹੋਰ ਮੇਰਾ ਕੋਈ ਸਹਾਰਾ ਨਹੀਂ ਹੈਗਾ, ਗਰੀਬ ਨਹੀਂ ਦਾ। ਜੱਸਾ ਜੀ, ਕੀ ਮਸਲਾ? ਮਸਲਾ ਜੀ, ਮੇਰੇ ਮੁੰਡੇ ਨੇ ਉਹਨੇ ਘਰ ਸੱਦ ਕੇ, ਕੁੜੀ ਨੇ ਫੋਨ ਕੀਤਾ, ਮੇਰੇ ਮੁੰਡੇ ਨੇ ਘਰ ਸੱਦ ਕੇ, ਉਹਨਾਂ ਨੇ ਧੱਕਾ ਕੀਤਾ, ਉਹ ਕੁੜੀ ਦੇ ਮਾਂ ਪਿਓ ਨੇ ਘਰ ਸੱਦ ਕੇ ਦਵਾਈ ਪਿਆਈ ਗਈ। ਕਿੱਥੋਂ? ਹਾਂਜੀ, ਫਿਰੋਜ਼ਪੁਰ ਤੋਂ ਜੀ, ਪਿੰਡ ਸਾਬੋਣਾ ਜੀ। ਇੱਕ 16 ਸਾਲਾਂ ਦਾ ਇੱਕ ਬੱਚਾ ਹੈ ਜਿਸਦਾ ਨਾਮ ਜੋਬਨ ਹੈ, ਜੋ ਸਾਬੋਣੇ ਪਿੰਡ ਦਾ ਰਹਿਣ ਵਾਲਾ, ਜਿਸ ਦਾ ਕਿਸੇ ਕੁੜੀ ਨਾਲ ਕੋਈ ਮਾਮੂਲੀ ਜਾਂ ਕੋਈ ਅਫੇਅਰ ਵਗੈਰਾ ਚੱਲ ਰਿਹਾ ਸੀ, ਪਰ ਉਹਨਾਂ ਲੋਕਾਂ ਨੇ ਇਸ ਕੁੜੀ ਤੋਂ ਫੋਨ ਕਰਵਾ ਕੇ ਉਸ ਬੱਚੇ ਨੂੰ ਆਪਣੇ ਘਰ ਬੁਲਾਇਆ ਅਤੇ ਘਰ ਬੁਲਾ ਕੇ ਉਸ ਨੂੰ ਜਿਹੜਾ ਧੱਕੇ ਨਾਲ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਆ ਦਿੱਤੀ ਗਈ। ਜ਼ਹਿਰੀਲੀ ਦਵਾਈ ਪਿਆਉਣ ਤੋਂ ਬਾਅਦ ਉਸ ਨੂੰ ਜਿਹੜਾ ਸਿਵਲ ਹਸਪਤਾਲ 'ਚ ਉਦੋਂ ਡੰਡੇ ਮਾਰ ਕੇ ਕੁੱਟ ਕੇ ਘਰੋਂ ਕੱਢਿਆ ਗਿਆ। ਉਹ ਬੱਚਾ ਜਦੋਂ ਬੇਹੋਸ਼ੀ ਦੀ ਹਾਲਤ ਵਿੱਚ ਆਇਆ, ਉਸਨੇ ਆਪਣੇ ਘਰ ਆ ਕੇ ਆਪਣੇ ਪਿਓ ਨੂੰ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਆ ਕੇ ਦੱਸੀ ਹੈ। ਉਸ ਤੋਂ ਬਾਅਦ ਉਹਨੂੰ ਸਿਵਲ ਹੋਸਪਿਟਲ 'ਚ ਐਡਮਿਟ ਕਰਵਾਇਆ ਗਿਆ। ਸਿਵਲ ਹੋਸਪਿਟਲ 'ਚ ਐਡਮਿਟ ਕਰਵਾਉਣ ਤੋਂ ਬਾਅਦ ਉਸਨੂੰ ਸਿਵਲ ਹੋਸਪਿਟਲ ਵਾਲੇ ਮੈਡੀਸਿਟੀ ਜਿਹੜਾ ਭੇਜ ਦਿੱਤਾ ਗਿਆ। ਮੈਡੀਸਿਟੀ ਤੋਂ ਬਾਅਦ ਜਦੋਂ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਲਿਆਂਦਾ ਗਿਆ, ਉੱਥੇ ਉਸ ਬੱਚੇ ਨੇ ਬਿਆਨ ਦੇ ਕੇ ਆਪਣੇ ਮੂੰਹ ਤੋਂ ਆਪਣੇ ਬਿਆਨ ਦੇ ਕੇ ਉਸਦੀ ਉੱਥੇ ਮ੍ਰਿਤੀ ਹੋ ਗਈ, ਉਹ ਡੈਥ ਹੋ ਗਈ ਹੁੰਦੀ, ਅਤੇ ਸੰਸਾਰ ਨੂੰ ਅਲਵਿਦਾ ਕਿਹਾ ਗਿਆ। ਮਤਲਬ ਕਿ 4 ਭੈਣਾਂ ਦਾ ਇਕੱਲਾ ਭਰਾ ਸੀ, ਜਿਹੜਾ ਇੱਕ ਇਕੱਲਾ ਚਿਰਾਗ ਸੀ ਆਪਣੇ ਪਰਿਵਾਰ ਦਾ, ਜਿਸ ਨੂੰ ਉਹ ਲੋਕਾਂ ਨੇ ਬੁਝਾ ਦਿੱਤਾ, ਅਤੇ ਉਸ ਤੋਂ ਬਾਅਦ ਹਾਲੇ ਤੱਕ ਜਿਹੜਾ ਪਰਚਾ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਕਰ ਦਿੱਤਾ ਗਿਆ, 307, 302 SC ST ਐਕਟ 120B ਦੇ ਤਹਿਤ ਮੁਕਦਮਾ ਦਰਜ ਕਰ ਦਿੱਤਾ ਗਿਆ ਥਾਣੇ ਸਦਰ ਵਿੱਚ, ਪਰ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਤੱਕ ਨਹੀਂ ਕੀਤੀ ਗਈ। ਇਸ ਕਰਕੇ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਬੌਡੀ ਰੱਖ ਕੇ, ਉਸ ਬੱਚੇ ਦੀ ਬੌਡੀ ਰੱਖ ਕੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਕਿ ਜਦੋਂ ਤੱਕ ਇਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਬੱਚੇ ਦਾ ਸੰਸਕਾਰ ਜਿਹੜਾ ਪਰਿਵਾਰ ਦਾ ਕਹਿਣਾ ਅਸੀਂ ਨਹੀਂ ਕਰਾਂਗੇ। ਇਹ ਬੌਡੀ ਕਿਸ ਜਗ੍ਹਾ 'ਤੇ ਰੱਖੀ ਹੋਈ ਹੈ? ਇਹ ਬੌਡੀ ਇਸ ਹੁਣ ਤਾਂ ਇਸ ਜਦੋਂ ਅਸੀਂ ਖੜ੍ਹੇ ਹਾਂ ਅਤੇ ਸਦਰ ਥਾਣੇ ਬਾਹਰ ਬਿਲਕੁਲ ਬੌਡੀ ਰੱਖੀ ਗਈ ਹੈ ਜੀ। ਅਤੇ ਪਰ ਹੁਣ ਗੱਲ ਹੋਈ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ, ਉਹਨਾਂ ਦਾ ਕਹਿਣਾ ਵੀ ਅਸੀਂ ਅੱਜ ਰਾਤ ਤੱਕ ਜਾਂ 1-2 ਦਿਨਾਂ ਤੱਕ ਅਸੀਂ ਬੰਦੇ ਜਿਹੜੇ ਆ ਅਰੈਸਟ ਕਰ ਲਾਂਗੇ, ਗ੍ਰਿਫਤਾਰ ਕਰ ਲਾਂਗੇ, ਤੁਸੀਂ ਇਹਦਾ ਬੌਡੀ ਦਾ ਦੇਹ ਸੰਸਕਾਰ ਕਰ ਦਿਓ। ਪਰ ਪਰਿਵਾਰ ਦਾ ਕਹਿਣਾ, ਉਹਨਾਂ ਦੇ ਫਾਦਰ ਸਾਹਿਬ ਖੜ੍ਹੇ ਆ, ਉਹ ਕਹਿੰਦੇ ਜਦੋਂ ਤੱਕ ਸਾਡੇ ਉਹ ਬੰਦੇ ਜਿਹੜੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਸੀਂ ਜਿਹੜਾ ਬਿਲਕੁਲ ਵੀ ਅਸੀਂ ਆਪਣੇ ਬੱਚੇ ਦਾ ਇਸ ਬੌਡੀ ਦਾ ਦੇਹ ਸੰਸਕਾਰ ਨਹੀਂ ਕਰਾਂਗੇ। ਸਤਵਿੰਦਰ ਸਿੰਘ DSP ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਇਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। 180 ਨੰਬਰ ਮੁਕੱਦਮਾ ਦਰਜ ਹੋਇਆ ਵਾ, 307 'ਚ ਦਰਜ ਹੋਇਆ ਸੀ। ਆਫਟਰ ਦੈਟ ਹੁਣ ਮੁੰਡੇ ਦੀ ਡੈਥ ਹੋ ਗਈ ਹੈ ਜੀ। ਮੁੰਡੇ ਦਾ ਨਾਮ ਹੈਗਾ ਵਾ ਜੋਬਨ, ਜੋਬਨ ਨਾਂ ਦਾ ਮੁੰਡਾ ਸੀ। ਉਹਦਾ ਇਲਜ਼ਾਮ, ਉਹਨਾਂ ਦਾ ਬਿਆਨ ਜੋ ਲਿਖਿਆ ਕਿ
लड़की के घरदिया ने उन्होंने बुलाया तो बुला के उत्थे उन्हों धक्के मुँह पॉइजन पाती रैफर किया गया सी मैडिकल कॉलेज फरीदकोट उत्थे उसकी डैथ हो गई थी कल अज वह पोस्टमार्टम करा के डेड बॉडी जी उन्होंने घरदे हवाले की गई है जिम्मे संस्कार करे तो इस मुकदमे हूँ 302 IPC का वाधा करता गया है तो हूँ जी फरदर तफ्तीश आ वो एक मर्डर केस के तौर पर अगे केस पेश की जाएगी रेड किए ने जी कि भी दोषी फरार ने इस वे जल्दी फड़ ले जाएंगे। आवाजी कम टीवी ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।